ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਵਰਨ ਸੰਧੂ ਅੱਜ ਤੁਹਾਡੇ ਲਈ ਇੱਕ ਬਹੁਤ 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 ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਆਇਆ ਮੈਂ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਕੇ ਯੂਐਸ ਸਟੱਡੀ ਵੀਜ਼ਾ 'ਤੇ ਜਾਣ ਵਾਲੇ ਐਂਡ PR 'ਤੇ ਜਾਣ ਵਾਲੇ ਵਰਕ ਪਰਮਿਟ 'ਤੇ ਜਾਣ ਵਾਲੇ ਸਪਾਊਸ ਵੀਜ਼ਾ 'ਤੇ ਕਿਸੇ ਵੀ ਕੈਟਾਗਰੀ ਲਈ ਕਿਸੇ ਵੀ ਕੰਟਰੀ ਦੇ ਵਿੱਚ ਜਾਣ ਵਾਲੇ ਲੋਕਾਂ ਲਈ ਆਹ ਵੀਡੀਓ ਬਹੁਤ ਹੀ ਇੰਪੋਰਟੈਂਟ ਆ ਐਂਡ ਤੱਕ ਜ਼ਰੂਰ ਦੇਖਿਓ ਅਗਰ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਭਾਵੇਂ ਉਹ ਸਟੂਡੈਂਟ ਵੀਜ਼ਾ ਜਾਂ ਕੋਈ ਵੀ ਵੀਜ਼ਾ ਔਰ ਤੁਸੀਂ ਤੁਹਾਡਾ ਗੈਪ ਆ ਇਹ ਇਨਫੋਰਮੇਸ਼ਨ ਹੈਗੀ ਹੈ ਜਿਨ੍ਹਾਂ ਲੋਕਾਂ ਦਾ ਗੈਪ ਹੈਗਾ ਆ ਉਹਨਾਂ ਲਈ ਅਗਰ ਤੁਹਾਡਾ ਕੋਈ ਐਜੂਕੇਸ਼ਨ ਦਾ ਜਾਂ ਵਰਕ ਦਾ ਐਕਸਪੀਰੀਅੰਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਗੈਪ ਹੈਗਾ ਤੁਹਾਡੇ ਕੰਮ ਦੇ ਵਿੱਚ ਪੜ੍ਹਾਈ ਤੋਂ ਬਾਅਦ ਸਟੱਡੀ ਤੋਂ ਬਾਅਦ ਜੋਬ ਤੋਂ ਬਾਅਦ ਔਰ ਤੁਸੀਂ ਕਿਸੇ ਵੀ ਕੰਟਰੀ ਲਈ ਵੀ ਜਾਣਾ ਚਾਹੁੰਦੇ ਹੋ ਇਹ ਤੁਹਾਡੇ ਲਈ ਇੱਕ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਆ ਮੈਂ ਤੁਹਾਨੂੰ ਤੁਹਾਡੇ ਨਾਲ ਇੱਕ ਅੱਜ ਇੱਕ ਉਹ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦਾ ਜਿਹੜੀ ਮੈਨੂੰ ਨਹੀਂ ਲੱਗਦਾ ਅੱਜ ਤੱਕ ਕਿਸੇ ਨੇ ਤੁਹਾਡੇ ਨਾਲ ਸ਼ੇਅਰ ਕੀਤੀ ਹੋਏਗੀ ਜਾਂ ਕਿਸੇ ਚੈਨਲ ਦੇ ਉੱਪਰ ਇਹ ਅਵੇਲੇਬਲ ਹੋਏਗੀ ਇਹ ਕਿਸੇ ਨੇ ਇਸ ਟੌਪਿਕ ਦੇ ਉੱਪਰ ਗੱਲਬਾਤ ਕੀਤੀ ਹੋਵੇਗੀ ਇਹ ਇਨਫੋਰਮੇਸ਼ਨ ਕੀ ਹੈ ਜੀ ਇਨਫੋਰਮੇਸ਼ਨ ਹੈਗੀ ਆ ਕਿ ਜਿਹੜਾ ਅਸੀਂ 1 ਸਾਲ 2 ਸਾਲ 3 ਸਾਲ ਦਾ ਗੈਪ ਫਿੱਲ ਕਰਨ ਲਈ ਝੂਠੇ ਜਾਲੀ ਜਾਂ ਕਿਸੇ ਵੀ ਤਰ੍ਹਾਂ ਦੇ ਮੈਨੂਪਲੇਟਡ ਸਰਟੀਫਿਕੇਟ ਬਣਾਉਂਦੇ ਹਾਂ ਜਾਂ ਵਰਕ ਐਕਸਪੀਰੀਅੰਸ ਬਣਾਉਂਦੇ ਹਾਂ ਭਾਵੇਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਜਾ ਰਹੇ ਹੋ ਜਾਂ PR ਲੈਣ ਲਈ ਜਾ ਰਹੇ ਹੋ ਜਾਂ ਵਰਕ ਪਰਮਿਟ 'ਤੇ ਜਾ ਰਹੇ ਹੋ ਜਾਂ ਅੰਟਰਪ੍ਰੋਨਰ ਬਿਜ਼ਨਸ ਵੀਜ਼ਾ ਕਿਸੇ ਵੀਜ਼ਾ ਲਈ ਜਾ ਰਹੇ ਹੋ ਸਾਡੀ ਨੋਰਮਲ ਇੱਕ ਟੈਂਡੈਂਸੀ ਆ ਸਾਡੇ ਕਿ ਸਾਡਾ ਇੱਕ ਰਿਵਾਜ਼ ਆ ਕਿ 2 ਸਾਲ ਦਾ ਗੈਪ ਆ 3 ਸਾਲ ਦਾ ਗੈਪ ਆ ਈਵਨ ਏਜੰਟਸ ਐਂਡ ਕੰਸਲਟੈਂਟਸ ਨੇ ਜਿਹੜੇ ਕੰਪਨੀਜ਼ ਵਾਲੇ ਉਹ ਖੁਦ ਹੀ ਕਹਿੰਦੇ ਕਿ ਅਸੀਂ ਤੁਹਾਡਾ ਗੈਪ ਫਿੱਲ ਕਰ ਦਾਂਗੇ 2 ਸਾਲ ਦਾ ਅਸੀਂ ਤੁਹਾਡਾ 1 ਸਾਲ ਦਾ 3 ਸਾਲ ਦਾ 4 ਸਾਲ ਦਾ ਗੈਪ ਫਿੱਲ ਕਰ ਦਾਂਗੇ ਉਹ ਪੈਸੇ ਵੀ ਲੈਂਦੇ ਆ 10,000 ਤੋਂ ਲੈ ਕੇ 2-2, 3-3 ਲੱਖ ਰੁਪਏ ਤੱਕ ਤੁਹਾਡੇ ਤੋਂ ਚਾਰਜ ਕਰ ਲਿਆ ਜਾਂਦਾ ਬਟ ਕੀ ਤੁਹਾਨੂੰ ਇਹ ਪਤਾ ਕਿ ਜਿਹੜੇ ਤੁਹਾਡੇ 2-3 ਲੱਖ ਰੁਪਇਆ ਦੇ ਕੇ ਝੂਠਾ ਸਰਟੀਫਿਕੇਟ ਲੈ ਕੇ ਤੁਹਾਡੀ ਪ੍ਰੋਫਾਈਲ ਦੇ ਨਾਲ ਲੱਗ ਰਿਹਾ ਕਿ ਇਹ ਕਿਤੇ ਤੁਹਾਡੀ ਵੀਜ਼ਾ ਦੀ ਰਿਜੈਕਸ਼ਨ ਦਾ ਵਜ੍ਹਾ ਰੀਜ਼ਨ ਕਾਰਨ ਤਾਂ ਨਹੀਂ ਹੋ ਸਕਦਾ ਹੁਣ ਤੁਹਾਨੂੰ ਜਿਹੜਾ ਵੀ ਬੰਦਾ ਜਿਹੜੀ ਵੀ ਕੰਪਨੀ ਤੁਹਾਨੂੰ ਇਹ ਸਰਟੀਫਿਕੇਟ ਦੇਵੇਗੀ ਉਹ ਤੁਹਾਡੇ ਨਾਲ ਇੱਕ ਗਰੰਟੀ ਕਰੇਗੀ ਉਹ ਤੁਹਾਨੂੰ ਇੱਕ ਗਰੰਟੀ ਦੇਵੇਗੀ ਕਿ ਮੇਰਾ ਦਿੱਤਾ ਹੋਇਆ ਸਰਟੀਫਿਕੇਟ ਮੇਰਾ ਦਿੱਤਾ ਹੋਇਆ ਐਕਸਪੀਰੀਅੰਸ ਕਦੇ ਵੀ ਫਲੋਪ ਫੇਲ ਨਹੀਂ ਹੋਏਗਾ ਕਿਉਂਕਿ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ US ਹਾਈ ਕਮਿਸ਼ਨ ਤੋਂ ਅਗਰ ਮੈਨੂੰ ਕੋਈ ਕਾਲ ਆਊਗੀ ਮੈਂ ਤੁਹਾਡਾ ਰਿਪਲਾਈ ਕਰੂੰਗਾ ਮੈਂ ਤੁਹਾਨੂੰ ਉਹਨਾਂ ਨੂੰ ਜਵਾਬ ਦਊਂਗਾ ਕਿ ਹਾਂ ਆਹ ਬੰਦੇ ਨੇ ਮੇਰੇ ਕੋਲੋਂ ਆਹ ਕੋਰਸ ਕੀਤਾ ਜਾਂ ਆਹ ਬੰਦੇ ਨੇ ਮੇਰੇ ਕੋਲ ਇੰਨੀ ਦੇਰ ਲਈ ਜੋਬ ਕੀਤੀ ਆ ਕਿ ਮੈਂ ਤੁਹਾਨੂੰ ਦੱਸੂੰਗਾ ਇਹ ਗੱਲ ਬਟ ਇੱਕ ਗੱਲ ਧਿਆਨ ਰੱਖਿਓ ਠੀਕ ਆ ਉਹ ਦੇ ਸਕਦਾ ਪਹਿਲਾਂ ਐਂ ਹੀ ਹੁੰਦਾ ਸੀ ਪਹਿਲਾਂ ਹਾਈ ਕਮਿਸ਼ਨ ਵੀ ਇੱਦਾਂ ਹੀ ਚੈੱਕ ਕਰਦੇ ਸੀ ਕਿ ਵਰਕ ਐਕਸਪੀਰੀਅੰਸ ਦੇ ਉੱਪਰ ਦਿੱਤੇ ਹੋਏ ਨੰਬਰਾਂ ਦੇ ਉੱਪਰ ਫੋਨ ਕਰਦੇ ਸੀ ਕਨਫਰਮ ਕਰਦੇ ਸੀ ਕਿ ਹਾਂ ਇਹ ਬੱਚੇ ਨੇ ਇੱਧਰ ਕੰਮ ਕੀਤਾ ਉਹ ਯੈਸ ਕਹਿੰਦੇ ਸੀ ਤਾਂ ਵੀਜ਼ਾ ਆ ਜਾਂਦਾ ਸੀ ਉਹ ਨੋ ਕਹਿੰਦੇ ਸੀ ਤਾਂ ਵੀਜ਼ਾ ਰਿਜੈਕਟ ਹੋ ਜਾਂਦਾ ਸੀ ਬਟ ਯਾਦ ਰੱਖਿਓ ਅੱਜ ਤੋਂ ਬਾਅਦ ਹੁਣ ਇਹ ਨਹੀਂ ਹੋਣਾ ਟੈਂਡੈਂਸੀ ਚੇਂਜ ਹੋ ਚੁੱਕੀ ਆ ਸਾਰਾ ਰਿਵਾਜ਼ ਚੇਂਜ ਹੋ ਚੁੱਕਿਆ ਔਰ ਇਹ ਤੁਹਾਡਾ ਤੁਹਾਡੀ ਜੇਬ ਦੇ ਵਿੱਚ ਇੱਕ ਇਨਫੋਰਮਰ ਤੁਹਾਡੇ ਬਾਰੇ ਕੈਨੇਡਾ ਜਾਂ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਹਾਈ ਕਮਿਸ਼ਨ ਨੂੰ ਕੌਣ ਦੱਸੂਗਾ ਕਿ ਇਹਨੇ ਇਹ ਕੰਮ ਨਹੀਂ ਕੀਤਾ ਤੁਹਾਡੀ ਜੇਬ ਦੇ ਵਿੱਚ ਪਿਆ ਹੋਇਆ ਤੁਹਾਡਾ ਦੋਸਤ ਤੁਹਾਡਾ ਦੁਸ਼ਮਣ ਬਣ ਕੇ ਤੁਹਾਡੇ ਬਾਰੇ ਇਹ ਇਨਫੋਰਮੇਸ਼ਨ ਦਊਗਾ ਮੈਂ ਕਹਿਣਾ ਚਾਹ ਰਿਹਾ ਇਹ ਤੁਹਾਡੇ ਮੋਬਾਈਲ ਬਾਰੇ ਤੁਹਾਡਾ ਮੋਬਾਈਲ ਔਰ ਮੋਬਾਈਲ ਦੇ ਵਿੱਚ ਜਿੰਨੇ ਵੀ ਅਪਲੋਡ ਕੀਤੇ ਹੋਏ ਡਾਊਨਲੋਡ ਕੀਤੇ ਹੋਏ ਤੁਹਾਡੇ ਸੋਸ਼ਲ ਮੀਡੀਆ ਐਪਸ ਨੇ ਇਹ ਹੁਣ ਕੰਸਰਨਡ ਹਾਈ ਕਮਿਸ਼ਨ ਨੂੰ ਦੱਸਣਗੇ ਕਿ ਕੀ ਤੁਸੀਂ ਸੱਚ ਬੋਲ ਰਹੇ ਹੋ ਕਿ ਝੂਠ ਬੋਲ ਰਹੇ ਹੋ ਮੈਂ ਐਕਸਪਲੇਨ ਕਰ ਦਿੰਦਾ ਜੀ ਅਗਰ ਤੁਸੀਂ ਕਨਫਿਊਜ਼ ਹੋ ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਅੱਜ ਜਿੰਨੇ ਵੀ ਕੰਸਰਨਡ ਹਾਈ ਕਮਿਸ਼ਨ ਨੇ ਜਦੋਂ ਤੁਹਾਡੀ ਉਹ ਪ੍ਰੋਫਾਈਲ ਚੈੱਕ ਕਰਦੇ ਆ ਉਹ ਨਾਲ ਦੀ ਨਾਲ ਤੁਹਾਡੀ ਫਿਜ਼ੀਕਲ ਪ੍ਰੋਫਾਈਲ ਦੇ ਨਾਲ ਇਮੀਡੀਏਟਲੀ ਤੁਹਾਡੀ ਸੋਸ਼ਲ ਮੀਡੀਆ ਪ੍ਰੋਫਾਈਲ ਵੀ ਚੈੱਕ ਕਰਦੇ ਆ ਫੇਸਬੁੱਕ ਲਿੰਕਡਇਨ ਸਨੈਪਚੈਟ ਹਰ ਇੱਕ ਚੀਜ਼ 'ਤੇ ਤੁਸੀਂ ਐਕਟਿਵ ਹੋ ਹੁਣ ਤੁਸੀਂ ਦੱਸਿਆ ਇਹ ਕਿ ਮੈਂ 1 ਸਾਲ 2 ਸਾਲ ਕੰਪਿਊਟਰ ਕੋਰਸ ਕੀਤਾ ਜਾਂ ਮੈਂ ਆਹ ਮਕੈਨੀਕਲ ਦਾ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਆਹ ਫਲਾਨਾ ਤਿਮਕਾ ਕੋਰਸ ਕੀਤਾ ਜਾਂ ਤੁਸੀਂ ਦੱਸਿਆ ਕਿ ਮੈਂ 2 ਸਾਲ ਉੱਥੇ ਜੋਬ ਕੀਤੀ ਮੈਂ 1 ਸਾਲ ਉੱਥੇ ਜੋਬ ਕੀਤੀ ਬਟ ਉਸ ਟਾਈਮ ਜਿਹੜਾ ਤੁਸੀਂ ਜੋਬ ਦਾ ਟਾਈਮ ਦੱਸਿਆ ਸੀ ਉਸ ਟਾਈਮ 'ਤੇ ਤੁਸੀਂ ਕਰ ਕੁਛ ਹੋਰ ਰਹੇ ਸੀ ਐਜ਼ ਪਰ ਯੂਅਰ ਸੋਸ਼ਲ ਮੀਡੀਆ ਸਾਈਟਸ ਐਜ਼ ਪਰ ਯੂਅਰ ਸੋਸ਼ਲ ਮੀਡੀਆ ਅਕਾਊਂਟ ਕਦੇ ਦੁਬਈ ਘੁੰਮ ਰਹੇ ਸੀ ਕਦੇ ਸ਼ਿਮਲੇ ਕਸੌਲੀ ਮਨਾਲੀ ਇੱਧਰ ਉੱਧਰ ਘੁੰਮ ਰਹੇ ਸੀ ਦਿੱਲੀ ਘੁੰਮ ਰਹੇ ਸੀ ਦੋਸਤਾਂ ਨਾਲ ਚੈੱਕ ਇਨ ਕਰ ਰਹੇ ਸੀ ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਪਰ ਜਾ ਕੇ ਦੋਸਤਾਂ ਨਾਲ ਪਾਰਟੀਜ਼ ਮੈਰਿਜਸ ਫੰਕਸ਼ਨਸ ਇੰਜੋਏ ਕਰ ਰਹੇ ਸੀ ਬਟ ਦਿਖਾਤਾ ਕਿ ਤੁਸੀਂ ਜੋਬ ਕਰ ਰਹੇ ਸੀਗੇ ਸੋ ਮਿਸਮੈਚ ਜਿਹੜਾ ਹੋ ਗਿਆ ਤੁਹਾਡਾ ਇਨਫੋਰਮੇਸ਼ਨ ਮਿਸਮੈਚ ਹੋ ਗਈ ਜਿਹੜਾ ਕੁਛ ਤੁਸੀਂ ਸਟੇਟ ਕਰ ਰਹੇ ਹੋ ਦੇ ਰਹੇ ਹੋ ਸਟੇਟਮੈਂਟ ਐਂਡ ਜੋ ਤੁਹਾਡਾ ਸੋਸ਼ਲ ਮੀਡੀਆ ਕਹਿ ਰਿਹਾ ਤੁਹਾਡੇ ਬਾਰੇ ਇਹ ਜਦੋਂ ਹੀ ਇਨਫੋਰਮੇਸ਼ਨ ਮਿਸਮੈਚ ਹੋਈ
इमीडिएटली थोड़ा वीज़ा रिजेक्ट होएगा और थोनू पता भी नहीं लगेगा थोड़ा वीज़ा रिजेक्ट क्यों होया। सो वो सारे स्टूडेंट विद्यार्थी वो सारे इंप्लॉयज वो सारे लोग जेडे सोच रहे आ कि असी बाहर जाना वा किसी भी तरीके और गैप फिल करांगे कोई सर्टिफिकेट लेके, सावधान अज तो बाद एक गलती भुल के भी ना करे कि सोशल मीडिया दे अगेंस्ट। हाँ बहुत सारे बच्चे ये कहेंदे आ लोग ये कहेंदे कि असी सोशल मीडिया से अकाउंट डिलीट कर दांगे। अगर तुसी अकाउंट अज डिलीट करदे भी हो तो जदों गूगल ओवरऑल रीफ्रैश करता उदों ही डिलीट होना आ। सो ये बहुत ही खतरनाक थोड़े लिए एक रुझान आ अगर तुसी ये काम करन जा रहे हो। मेरी एडवाइस आ जी थोनू सारयां नू कि कोई भी फेक एक्सपीरियंस अज तो बाद लाउण तो पहला 10 बार सोच के लगायो। सो ध्यान रखियो जी, आई होप थोनू मेरी वीडियो पसंद आई होएगी। सो अगर तुसी चाहुंदे हो, अगर थोनू ये इनफॉर्मेशन वधिया लगी जिहड़ी मैं इनफॉर्मेशन दित्ती आ और तुसी चाहुंदे हो थोड़े किसी भैन भरा ब्रदर सिस्टर एंड रिश्तेदार का कोई फायदा होवे, प्लीज़ ये वाली जी मेरी वीडियो इनू शेयर जरूर करे सो दैट बाकी लोगों भी पता चले कि किन्ना क खतरनाक है अज के टाइम के फेक एक्सपीरियंस सबमिट करवा के कोई भी किसी भी तरह का वीज़ा अप्लाई करना। सो मेरे बहुत सारे वीडियोज जोश तड़का एंड चढ़दी कला टाइम टीवी ते कोई 250 तो 300 वीडियो मैं 4 साल दे विच लास्ट दिते ने, बट हुण मैं जिन्ने भी वीडियोज़ ने मेरे रैफल्स एडूसिटी दे चैनल ते आउणगे। काइंडली तुसी रैफल्स एडूसिटी दा चैनल सबसक्राइब कर लियो और उहदे नाल तुहानू सारे वीडियोज़ मिलते रहेंगे एंड बैल आइकन भी जरूर दब दिओ क्योंकि जदों भी मेरी कोई वीडियो नवीं आएगी तुहानू नाल दी नाल नोटिफिकेशन दे नाल इनफॉर्मेशन मिल जाएगी। सो आई होप जी तुहानू ये मेरी इनफॉर्मेशन अच्छी लगी होएगी। नैक्सट वीडियोज़ दे नाल साडे चैनल दे नाल लिंक रहे हो जी। सत श्री अकाल।